الحمد لله الحمد لله رب العالمين والعاقبة للمتقين الصلاة والسلام على سيد الأنبياء والمرسلين وعلى آله وصحابه وأزواجه وأتباعه وأهل بيته وأولاد رسوله وأولياء أمته وعلماء أهل سنته أجمعين أما بعد فأعوذ بالله السميع العليم من الشيطان الرجيم بسم الله الرحمن الرحيم إنما يريد الله ليذهب عنكم الرجس أهل البيت أهل البيت ويطهركم تطهيرا آمنت بالله صدق الله العظيم إن الله وملائكته يصلون على النبي يا أيها الذين آمنوا صلوا عليه وسلموا تسليما محبت نال درود و سلام پڑھ لو الصلاۃ سارے محبت نال درود و سلام پڑھو الصلاۃ والسلام علیک یا سیدی یا رسول اللہ الصلاۃ والسلام علیک یا سیدی یا رسول اللہ وعلى آلک و صحابک یا حبیب اللہ کہ یا پاک شبیر نانا کہ یا پاک شبیر نانا تیرا شان زمانہ نہ سن سے گل حاکم یار نے صدیاں دے ہر آن زمانہ سن سے کہ یا پاک شبیر نانا تیرا شان زمانہ سن سی گل حاکم یار نہیں صدیاں دی ہر آن زمانہ سن سی کعبے ہر ایک مسجد چوں اذان زمانہ زمانہ سن پامے تن تے سر نارے مڑوی قرآن زمانہ سن سی بڑی قابل غور جدو تیک عدل تے عادل رے جدو تیک عدل تے عادل رے او دو تیک قانون نہ وکیا لگی قیمت ہر تحریر اُتے حق دا مضمون نہ وکیا جڑے بچے چار پنج بیٹھے نے نا مہربانی کرو انہاں نوں پیچھے کل کے جڑے نوجوان اگے اگے پو انہاں منٹ بعد آونا تے جانا اس طرح بد مزگی جنا پیدا ہوے جڑے میرے ساتھی بڑے بزرگ یا نوجوان تھے اگے تشریف لایا ہو بچے نوں ذرا پیچھے کر دے مہربانی ذرا توجہ جدوں تیگ عدل تے عادل رے
ਉਹ ਦੋਤੀ ਕਾਨੂੰਨ ਨਾ ਵਿਖਿਆ ਲੱਗੀ ਕੀਮਤ ਹਰ ਤਹਿਰੀਰ ਉੱਤੇ ਹੱਕ ਦਾ ਮਜ਼ਮੂਨ ਨਾ ਵਿਕਿਆ ਬੋਲੀ ਲੱਗ ਗਈ ਹਾਕਿਮ ਅਕਲਾਂ ਦੀ ਪਰ ਕਤਨ ਜਨੂਨ ਨਾ ਵਿਕਿਆ ਈਮਾਨ ਤੇ ਤਾਜਰ ਨੰਦ ਹੋ ਗਏ ਹੈਦਰ ਦਾ ਖੂਨ ਨਾ ਵਿਕੇ ਅੱਲਾਹ ਤਾਲਾ ਦੀ ਹਮਦੋ ਸੁਨਾ ਤੋਂ ਬਾਅਦ ਨਬੀ ਕਰੀਮ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਦੀ ਬਾਰਗਾਹ ਦੇ ਅੰਦਰ ਹਦੀਏ ਦਰੂਦੋ ਸਲਾਮ ਆਜਿਜ਼ਾਨਾ ਗਰੀਬਾਨਾ ਮਸਕੀਨਾਨਾ ਪੇਸ਼ ਕਰਨੇ ਤੋਂ ਬਾਅਦ ਨਹਾਇਤ ਵਾਜਿਬ ਉਲ ਇਹਤਰਾਮ ਅਜ਼ੀਜ਼ੋ ਦੋਸਤੋ ਭਾਈਓ ਬਜ਼ੁਰਗੋ ਅਸਲਾਮੁ ਅਲੈਕੁਮ ਵਰਹਮਤੁਲਾਹਿ ਵਬਰਕਾਤੁ ਅੱਲਾਹ ਤਾਲਾ ਸਾਰਿਆਂ ਦਾ ਆਉਣਾ ਮਿਲ ਬੈਠਣ ਆਪਣੀ ਬਾਰਗਾਹ ਦੇ ਅੰਦਰ ਕਬੂਲ ਫਰਮਾਏ ਮੈਨੂੰ ਕਿਬਲਾ ਸ਼ਾਹ ਰਾਂ ਦੱਸਿਆ ਕਿ ਸਾਰਾ ਪਿੰਡ ਹੀ ਮਾਸ਼ਾਅੱਲਾ ਸਜਦਾ ਦਾ ਹੈ ਤੇ ਸੈਯਦ ਐਡਾ ਉੱਚਾ ਹੈ ਕਾਇਨਾਤ ਵਿੱਚ ਕਿਸੇ ਦਾ ਰਿਸ਼ਤਾ ਐਡਾ ਉੱਚਾ ਨਹੀਂ ਜਿੱਡਾ ਸੈਯਦ ਦਾ ਰਿਸ਼ਤਾ ਉੱਚਾ ਹੈ ਕਾਇਨਾਤ ਦੇ ਅੰਦਰ ਕੋਈ ਐਡਾ ਅਮੀਰ ਨਹੀਂ ਜਿੱਡਾ ਸੈਯਦ ਅਮੀਰ ਹੈ ਮੈਂ ਆਪਣੀ ਗੁਫ਼ਤਗੂ ਦਾ ਜਿਹੜਾ ਆਗਾਜ਼ ਕਰਨਾ ਚਾਹੁੰਦਾ ਕਿਸੇ ਨੂੰ ਮੇਰੇ ਨਬੀ ਦੇ ਸੱਜੇ ਬਹਿਣਾ ਨਸੀਬ ਹੋਇਆ ਕਿਸੇ ਨੂੰ ਮੇਰੇ ਨਬੀ ਦੀ ਦੂਸਰੀ ਸਾਈਡ ਤੇ ਬਹਿਣਾ ਨਸੀਬ ਹੋਇਆ ਕਿਉਂਕਿ ਨਬੀ ਦਾ ਖੱਬਾ ਪਾਸਾ ਨਹੀਂ ਹੁੰਦਾ ਇਹ ਜਿਹੜੀਆਂ ਗੱਲਾਂ ਮੈਂ ਸ਼ੁਰੂ ਤੋਂ ਕਰ ਰਿਹਾ ਇਹ ਜ਼ਿਹਨ 'ਚ ਰਹਿਣਗੀਆਂ ਤੇ ਮੇਰਾ ਪੂਰਾ ਮੌਜੂ ਆਪ ਦੇ ਇਨਸ਼ਾਅੱਲਾ ਜ਼ਿਹਨ 'ਚ ਫਿੱਟ ਹੋ ਜਾਏਗਾ ਕਿ ਮੈਂ ਗੱਲ ਕਿੱਥੋਂ ਸ਼ੁਰੂ ਕੀਤੀ ਹੈ ਕਿੱਥੇ ਮੈਂ ਗੱਲ ਖਤਮ ਕਰ ਰਿਹਾ ਇਹ ਜ਼ਿਕਰ ਤਾਂ ਖਤਮ ਨਹੀਂ ਹੋ ਸਕਦਾ ਕਈ ਮੁੱਲਾ ਮੁਲਵਾਨੇ ਮਰ ਗਏ ਜ਼ਿਕਰ ਮਕਾਉਂਦੇ ਮਕਾਉਂਦੇ ਆਪ ਮਰ ਗਏ ਇਹ ਜ਼ਿਕਰ ਉਹ ਜਿਹੜਾ ਮੇਰੇ ਅੱਲਾਹ ਆਪ ਬੁਲੰਦ ਕੀਤਾ ਹੋਇਆ ਹੈ ਕਿਸੇ ਨੂੰ ਮੇਰੇ ਨਬੀ ਦੇ ਸੱਜੇ ਬਹਿਣਾ ਨਸੀਬ ਹੋਇਆ ਕਿਸੇ ਨੂੰ ਮੇਰੇ ਨਬੀ ਦੀ ਦੂਸਰੀ ਸਾਈਡ ਤੇ ਬਹਿਣਾ ਨਸੀਬ ਹੋਇਆ ਕਿਸੇ ਨੂੰ ਮੁਸਤਫਾ ਦੇ ਅੱਗੇ ਬਹਿਣਾ ਨਸੀਬ ਹੋਇਆ ਮੁਸਤਫਾ ਵੱਲ ਮੂੰਹ ਕਰਕੇ ਕਿਸੇ ਨੂੰ ਮੇਰੇ ਨਬੀ ਦੇ ਪਿੱਛੇ ਬਹਿਣਾ ਨਸੀਬ ਹੋਇਆ ਹੁਸੈਨ ਤੇ ਹੁਸੈਨ ਦਾ ਅੱਬਾ ਉਹ ਹਸਤੀ ਨੇ ਜਿਨ੍ਹਾਂ ਨੂੰ ਮੁਸਤਫਾ ਦੇ ਸੀਨੇ ਉੱਤੇ ਬਹਿਣਾ ਵੀ ਨਸੀਬ ਹੋਇਆ ਜਿਨ੍ਹਾਂ ਨੂੰ ਮੁਸਤਫਾ ਦੇ ਮੋਢਿਆਂ ਉੱਤੇ ਬਹਿਣਾ ਵੀ ਨਸੀਬ ਹੋਇਆ ਇੱਕੋ ਥੋੜ੍ਹੀ ਜਿਹੀ ਖੋਲੋ ਗੱਲਾਂ ਜ਼ਰਾ ਯਾਦ ਰੱਖਣਾ ਕੋਈ ਇੱਧਰ ਬਹਿੰਦਾ ਕੋਈ ਇੱਧਰ ਬਹਿੰਦਾ ਕੋਈ ਇੱਧਰ ਬਹਿੰਦਾ ਕੋਈ ਇੱਧਰ ਬਹਿੰਦਾ ਹੁਸੈਨ ਉਹ ਵੀ ਜਿਹੜਾ ਮੁਸਤਫਾ ਦੇ ਕੰਧਿਆਂ ਉੱਤੇ ਬਹਿੰਦਾ ਜੇ ਸੁਭਾਨ ਅੱਲਾਹ ਫਰਮਾਓ ਤੇ ਫਿਰ ਅਗਲੀ ਗੱਲ ਕਰੀਏ ਕੁਰਾਨੇ ਕਰੀਮ ਦੇ ਅੰਦਰ ਇਹ ਗੱਲ ਲਿਖੀਏ ਹਰ ਘਰ ਵਿੱਚ ਕੁਰਾਨੇ ਪਾਕ ਦੇ ਮਸਜਿਦਾਂ ਦੇ ਅੰਦਰ ਕੁਰਾਨੇ ਪਾਕ ਨੇ ਇਹ ਗੱਲ ਬੇਸ਼ੱਕ ਤੁਸੀਂ ਹੁਣ ਪੜ੍ਹ ਸਕਦੇ ਹੋ ਜਾਂ ਮਹਿਫਿਲ ਤੋਂ ਬਾਅਦ ਵੀ ਪੜ੍ਹ ਸਕਦੇ ਹੋ ਇਹ ਗੱਲ ਨਹੀਂ ਭੁੱਲਣੀ ਕਿ ਮੇਰਾ ਹੁਸੈਨ ਹੋਵੇ ਜਿਹਨੂੰ ਕੰਧਿਆਂ ਉੱਤੇ ਬਹਿਣਾ ਨਸੀਬ ਹੋਇਆ ਬਸ ਇਹ ਹੀ ਮੇਰਾ ਮੌਜੂ ਹੈ ਇੱਥੋਂ ਹੀ ਮੈਂ ਅੱਗੇ ਗੱਲ ਲੈ ਕੇ ਜਾਣੀ ਚਾਹੁੰਦਾ ਕਿਸੇ ਵੀ ਮਕਤਬਾ ਫਿਕਰ ਦਾ ਕੁਰਾਨ ਪੜ੍ਹੋ ਤਰਜਮਾ ਪੜ੍ਹੋ ਇਹ ਗੱਲ ਜ਼ਰੂਰ ਮਿਲੇਗੀ ਜਿੰਝ ਮੈਂ ਬਿਆਨ ਕਰ ਲਗਾ ਮੇਰੇ ਮੁਸਤਫਾ ਕਰੀਮ ਨੇ ਇੰਜ ਮੱਕੇ ਦੀ ਧਰਤੀ ਉੱਤੇ ਕਦਮ ਰੱਖਿਆ ਅੱਲਾ ਉਹ ਕਰ ਕਦਮ ਦੀ ਬਰਕਤ ਦੇ ਨਾਲ ਸਾਰੀ ਰੂਹ ਜ਼ਮੀਨ ਨੂੰ ਮਸਜਿਦ ਬਣਾ ਛੱਡਿਆ ਮੈਂ ਇਨਸ਼ਾਅੱਲਾ ਜੀ ਤੁਹਾਨੂੰ ਕੋਈ ਗੱਲਾਂ ਸੁਣਾਉਣੀਆਂ ਨੇ ਨਵੀਆਂ ਨਵੀਆਂ ਜਿਹੜੀ ਅੱਗੇ ਤੁਸੀਂ ਕੋਈ ਗੱਲਾਂ ਨਾ ਸੁਣੀਆਂ ਹੋਣ ਤੇ ਗੱਲ ਉਹ ਜਿਹੜੀ ਅੱਲਾ ਦਾ ਕੁਰਾਨ ਹੋਵੇ ਜਾਂ ਮੁਸਤਫਾ ਦਾ ਫਰਮਾਨ ਹੋਵੇ
ਕਿਸੇ ਨੂੰ ਮੈਂ ਭੈੜਿਆ ਕਹਿਣਾ ਨਹੀਂ, ਕਿਉਂ ਜਦੋਂ ਅਸਾਂ ਹੁਸੈਨ ਅਲੈਹਿ ਸਲਾਮ ਦੀ ਸ਼ਾਨ ਬਿਆਨ ਕਰਨੀ ਹੈ ਭੈੜਿਆਂ ਆਪਾਂ ਹੀ ਮਰਦਿਆਂ ਰਹਿਣਾ ਹੈ। ਸਾਨੂੰ ਕੀ ਲੋੜ ਹੈ ਕਿਸੇ ਅਸੀਂ ਜਦੋਂ ਸ਼ਾਨ ਬਿਆਨ ਕਰਦਿਆਂ ਰਹਿਣਾ ਹੈ। ਤਵੱਜੋ ਕਦਮ ਲਾਇਆ ਮੱਕੇ ਦੀ ਸਰ ਜ਼ਮੀਨ ਉੱਤੇ, ਅੱਲਾ ਸਾਰੀ ਰੂਹੇ ਜ਼ਮੀਨ ਨੂੰ ਮਸਜਿਦ ਬਣਾਇਆ, ਹਾਲਾਂਕਿ ਪਹਿਲੇ ਜਿੰਨੇ ਵੀ ਨਬੀ ਆਏ ਨੇ ਚਲੇ ਗਏ ਨੇ, ਕਿਸੇ ਨਬੀ ਦੀ ਵਾਰੀ ਇੰਜ ਨਹੀਂ ਸੀ ਜਿਵੇਂ ਮੁਸਤਫਾ ਦੀ ਵਾਰੀ ਏ। ਪਹਿਲਾਂ ਨਬੀਆਂ ਨੇ ਇੰਜ ਕਰਕੇ ਦਾਇਰਾ ਲਾਉਂਦਾ ਹੁੰਦਾ ਸੀ, ਉਹਦੇ ਅੰਦਰ ਜਿਹਨੇ ਨਮਾਜ਼ ਪੜ੍ਹਨੀ ਉਹਦੀ ਨਮਾਜ਼ ਹੁੰਦੀ ਸੀ, ਜਿਹੜਾ ਦਾਇਰੇ ਤੋਂ ਬਾਹਰ ਪੜ੍ਹਦਾ ਸੀ ਉਹਦੀ ਨਮਾਜ਼ ਨਹੀਂ ਸੀ ਹੁੰਦੀ। ਮੇਰੇ ਕਈ ਐਸੇ ਜਟਕੇ ਬਜ਼ੁਰਗ ਬੰਦੇ ਨੇ, ਕਈ ਐਸੇ ਨੌਜਵਾਨ ਨੇ ਜਿਹੜੇ ਡੇਰਿਆਂ 'ਤੇ ਜਾਂਦੇ ਨੇ, ਮੱਝਾਂ ਡੰਗਰ ਰੱਖੇ ਨੇ, ਅਤੇ ਉੱਥੇ ਹੀ ਕਈ ਦਫ਼ਾ ਨਮਾਜ਼ ਦਾ ਟਾਈਮ ਹੋ ਜਾਂਦਾ, ਮੁਸੱਲਾ ਪਾਉਂਦੇ ਨੇ, ਅੱਲਾਹੁ ਅਕਬਰ ਨਮਾਜ਼ ਨੀਤ ਲੈਂਦੇ ਨੇ। ਕਈ ਮੈਂ ਸਾਥੀ ਐਸੇ ਵੇਖੇ ਨੇ ਸੜਕ ਦੇ ਉੱਤੇ ਹੀ ਅੱਲਾਹੁ ਅਕਬਰ, ਕਈ ਵੇਖੇ ਨੇ ਧਰਨਾ ਦਿੱਤਾ ਹੁੰਦਾ, ਸੜਕਾਂ ਬੰਦ ਕੀਤੀਆਂ ਹੁੰਦੀਆਂ ਅਤੇ ਉੱਥੇ ਹੀ ਮੁਸੱਲਾ ਪਾ ਕੇ ਅੱਲਾਹੁ ਅਕਬਰ, ਕਈ ਵੇਖੇ ਨੇ ਘਰਾਂ ਦੇ ਅੰਦਰ ਹੀ ਅੱਲਾਹੁ ਅਕਬਰ। ਮਕਸਦ ਇਹ ਵੇ ਸਾਰੀ ਰੂਹੇ ਜ਼ਮੀਨ ਪਾ ਕੇ ਜਿੱਥੇ ਮਰਜ਼ੀ ਨਮਾਜ਼ ਪੜ੍ਹ ਲਓ, ਅੱਲਾਹ ਜ਼ਮੀਨ ਨੂੰ ਮਸਜਿਦ ਬਣਾ ਛੱਡਿਆ, ਅੱਲਾਹ ਰੂਹੇ ਜ਼ਮੀਨ ਨੂੰ ਪਾਕ ਕਰ ਛੱਡਿਆ। ਯਾ ਅੱਲਾ ਤੇਰੇ ਯਾਰ ਨੇ ਕਦਮ ਕਿੱਥੇ ਲਾਇਆ? ਅੱਲਾ ਫਰਮਾਉਂਦਾ ਮੱਕੇ ਦੀ ਧਰਤੀ ਉੱਤੇ, ਤੇ ਯਾ ਅੱਲਾ ਜਦੋਂ ਮੱਕੇ ਦੀ ਧਰਤੀ ਉੱਤੇ ਲੱਗਾ ਤੇ ਖਾਲੀ ਮੱਕਾ ਹੀ ਪਾਕ ਕਰਦਾ? ਅੱਲਾ ਫਰਮਾਉਂਦਾ ਮੱਕਾ ਵੀ ਪਾ ਕੇ ਮਦੀਨਾ ਵੀ ਪਾ ਕੇ, ਯਾ ਅੱਲਾ ਉਹ ਤੇ ਠੀਕ ਹੈ ਮਗਰ ਖਾਲੀ ਮੱਕਾ ਪਾਕ ਕਰ ਦਿੰਦਾ? ਯਾ ਤੈਨੂੰ ਤੇ ਯਾ ਅੱਲਾ ਪਤਾ ਸੀ ਕਿ ਨਬੀ ਮੱਕਿਓਂ ਹਿਜਰਤ ਕਰਕੇ ਮਦੀਨਾ ਸ਼ਰੀਫ ਜਾਣਾ ਤੇ ਮਦੀਨਾ ਸ਼ਰੀਫ ਪਾਕ ਕਰ ਛੱਡਦਾ? ਯਾ ਅੱਲਾ ਪਾਕਿਸਤਾਨ ਵੀ ਪਾਕ ਕੀਤਾ, ਇਰਾਨ ਵੀ ਪਾਕ ਕੀਤਾ, ਅਫਗਾਨਿਸਤਾਨ ਵੀ ਪਾਕ ਕੀਤਾ, ਅਮਰੀਕਾ ਦੀ ਧਰਤੀ ਜਿਹੜੀ ਜ਼ਮੀਨ ਹੈ ਉਹ ਵੀ ਪਾ ਕੇ, ਜਿਹੜੀ ਯੂਰਪ ਏਸ਼ੀਆ ਕੰਟਰੀ ਇੰਟਰਨੈਸ਼ਨਲ ਜਿਹੜੇ ਮੁਲਕ ਵਿੱਚ ਮਰਜ਼ੀ ਚਲੀ ਜਾਓ, ਯਾ ਅੱਲਾ ਸਾਰੀ ਰੂਹੇ ਜ਼ਮੀਨ ਨੂੰ ਪਾਕ ਕਰਨ ਦੀ ਵਜ੍ਹਾ ਕੀ ਹੈ? ਅੱਲਾ ਫਰਮਾਉਂਦਾ ਐਵੇਂ ਚੋਖੇ ਸਵਾਲ ਨਾ ਕਰ, ਮੂੰਹ ਬੰਦ ਰੱਖ, ਯਾ ਅੱਲਾ ਗੱਲ ਦਾ ਤੇ ਪਤਾ ਲੱਗੇ ਨਾ। ਹੁਣ ਨਬੀ ਕਦਮ ਲਾਇਆ ਮੱਕੇ ਦੀ ਧਰਤੀ ਉੱਤੇ ਤੇ ਸਾਰੀ ਰੂਹੇ ਜ਼ਮੀਨ ਨੂੰ ਪਾਕ ਕਰਨ ਦੀ ਵਜ੍ਹਾ, ਅੱਲਾ ਫਰਮਾਉਂਦਾ ਇੰਨੀਆਂ ਲਮਾਲਾ ਤਾਲਾ ਮੂੰਹ, ਜੋ ਮੈਂ ਜਾਣਦਾ ਤੂੰ ਨਹੀਂ ਜਾਣਦਾ, ਜੋ ਮੈਂ ਵੇਖਦਾ ਤੂੰ ਨਹੀਂ ਵੇਖਦਾ, ਜੋ ਮੈਂ ਸੁਣਨਾ ਤੂੰ ਨਹੀਂ ਸੁਣਦਾ। ਯਾ ਅੱਲਾ ਮੈਨੂੰ ਸਮਝ ਨਹੀਂ ਆਈ। ਅੱਲਾ ਫਰਮਾਉਂਦਾ 14ਵੀਂ ਸਦੀ ਮੈਂ ਪਿਆ ਵੇਖਦਾ ਸਾਂ, ਮੈਨੂੰ ਪਤਾ ਸੀ ਬੜੇ ਬੜੇ ਮੌਲਵੀਆਂ ਕਹਿਣਾ ਹੁਸੈਨ ਬਾਗੀ ਸੀ, ਯਜ਼ੀਦ ਬੜਾ ਅੱਛਾ ਸੀ, ਹੁਸੈਨ ਬਾਗੀ ਸੀ, ਯਜ਼ੀਦ ਅਮੀਰੁਲ ਮੋਮਿਨੀਨ ਸੀ, ਹੁਸੈਨ ਤੇ ਯਜ਼ੀਦ ਦੋਵੇਂ ਸ਼ਹਜ਼ਾਦੇ ਸਨ, ਹੁਸੈਨ ਹਾਰ ਗਿਆ ਯਜ਼ੀਦ ਜਿੱਤ ਗਿਆ। ਅੱਲਾ ਫਰਮਾਉਂਦਾ ਮੈਂ ਸਾਰੀਆਂ ਗੱਲਾਂ ਵੇਖਦਾ ਸਾਂ ਪਿਆ, ਮੈਂ ਤਾਂ ਮੁਸਤਫਾ ਦੇ ਕਦਮ ਮੱਕੇ ਲੱਗੇ, ਸਾਰੀ ਰੂਹ ਜ਼ਮੀਨ ਨੂੰ ਪਾਕ ਤਾਂ ਕੀਤਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏ ਜਿੱਥੇ ਨਬੀ ਦਾ ਕਦਮ ਮੱਕੇ ਦੀ ਸਰ ਜ਼ਮੀਨ ਉੱਤੇ ਲੱਗੇ ਤੇ ਸਾਰੀ ਰੂਹ ਜ਼ਮੀਨ ਪਾਕ ਹੁੰਦੀ ਏ। ਇਹ ਤੇ ਕਦਮਾਂ ਦੀ ਐਡੀ ਉੱਚੀ ਸ਼ਾਨ ਹੈ ਤੇ ਜਿਹੜਾ ਮੁਸਤਫਾ ਦੇ ਕੰਧਿਆਂ ਉੱਤੇ ਬੈਂਦਾ ਹੁਸੈਨ ਕਿੱਡਾ ਕੁ ਪਾਕ ਦੇ ਉੱਚਾ ਹੋਣਾ। ਜ਼ਿੰਦਾਬਾਦ, ਬੁਲੰਦ ਆਵਾਜ਼ ਹੁਸੈਨੀਅਤ, ਸੱਜਾ ਹੱਥ ਚੁੱਕ ਕੇ ਹੁਸੈਨੀਅਤ, ਤਵੱਜੋ ਮੁਰਦਾਬਾਦ। ਇਹੀ ਮੇਰੀ ਗੱਲ, ਇੱਥੇ ਮੈਂ ਪਹਿਲਾਂ ਗੱਲ ਕੀਤੀ ਹੈ ਮੇਰੇ ਨਬੀ ਦੇ ਕੰਧਿਆਂ ਉੱਤੇ ਹੁਸੈਨ ਅਲੈਹਿ ਸਲਾਮ ਬਹਿੰਦੇ ਰਹੇ ਨੇ, ਇਹ ਗੱਲ ਯਾਦ ਰੱਖੋ ਕਿ ਸਾਰਾ ਮੌਜੂ ਸਮਝ 'ਚ ਆ ਜਾਏਗਾ। ਮੇਰੇ ਨਬੀ ਨੇ ਕਦਮ ਲਾਏ ਨੇ ਸਾਰੇ ਰੂਹੇ ਜ਼ਮੀਨ ਪਾਕ ਹੋ ਗਈ ਤੇ ਜਿਹੜਾ ਕੰਧਿਆਂ ਦੇ ਉੱਤੇ ਵੇ, ਮੈਨੂੰ ਤਾਂ ਲੱਗਦਾ ਤੁਸੀਂ ਥੱਕੇ ਬੈਠੇ ਹੋ, ਦੋ ਤਰ੍ਹਾਂ ਅੱਗੇ ਮਹਿਫਲਾਂ ਕੱਲ੍ਹ ਵੀ ਸੁਣੀ ਹੈ, ਪਰਸੋਂ ਵੀ ਸੁਣੀ ਹੈ, ਲੱਗਦਾ ਹੁਣ ਥੱਕੇ ਬੈਠੇ ਹੋ। ਅਤੇ ਇਨਸ਼ਾਅੱਲਾ ਹੁਣੇ ਤੁਹਾਡੀ ਥਕਾਵਟ 2-4 ਮਿੰਟਾਂ ਤੋਂ ਬਾਅਦ ਨਾ ਇਹ ਮੋਇਨੋਦੀਨਪੁਰ ਲੰਘ ਕੇ ਗੁਜਰਾਤ ਲੰਘ ਕੇ ਨਾ ਪਰਾਂ ਦਰਿਆ ਵਿੱਚ ਜਾ ਮੈਂ ਸੁੱਟਣੀ ਹੈ, ਇਨਸ਼ਾਅੱਲਾ ਹੁਣੇ ਲਹਿਰਾਂ ਬਹਿਰਾਂ ਹੋ ਜਾਣੀਆਂ ਨੇ। ਇੱਕ ਵਾਰੀ ਉੱਚਾ ਫਰਮਾਓ ਜ਼ਰਾ ਸੁਭਾਨ ਅੱਲਾਹ, ਹੁਣੇ ਤੂੰ ਆਪ ਨਹੀਂ ਚੁੱਪ ਕਰਨਾ, ਫਿਰ ਮੈਂ ਨਾ ਯਾਰ ਚੁੱਪ ਕਰੋ, ਤੂੰ ਹੀ ਨਹੀਂ ਚੁੱਪ ਕਰਨਾ, ਹੁਣੇ ਇਨਸ਼ਾਅੱਲਾ ਕੰਮ ਠੀਕ ਹੋ ਜਾਣਾ। ਤਵੱਜੋ ਇਹ ਸਾਊਂਡ ਵਾਲਾ ਭਾਈ ਅੱਗੇ ਮੇਰਾ ਵਾਕਫ ਹੈ ਪੁਰਾਣਾ, ਇਹ ਮਾਸ਼ਾਅੱਲਾ ਅੱਗੇ ਮੈਨੂੰ ਇੱਧਰ ਬੜੀਲਾ ਸ਼ਰੀਫ ਆਨੰਦਪੁਰੇ ਸਾਰੇ ਇਲਾਕਿਆਂ 'ਚ ਮਾਸ਼ਾਅੱਲਾ ਸਲਾਮਤ ਰੱਖੇ ਰਜ਼ਾ, ਸਾਊਂਡ ਬਹੁਤ ਅੱਛਾ ਸਾਊਂਡ, ਅੱਲਾਹ ਤਾਲਾ ਇਹਨਾਂ ਨੂੰ ਖੁਸ਼ ਰੱਖੇ, ਨਾਲੇ ਬੰਦਾ ਵੀ ਦਰਵੇਸ਼ ਆਦਮੀ। ਤਵੱਜੋ ਜਿਹੜੀ ਮੈਂ ਗੱਲ ਪਿਆ ਕਰਦਾ, ਕਦਮ ਲਾਏ ਮੱਕੇ ਦੀ ਸਰ ਜ਼ਮੀਨ ਉੱਤੇ, ਇਹ ਮੈਂ ਗੱਲ ਕੀਤੀ ਹੈ ਮੁਸਤਫਾ ਦੇ ਕਦਮਾਂ ਪਾਕਾਂ ਦੀ। ਹੁਣ ਕਦਮਾਂ ਤੋਂ ਇੱਕ ਹੋਰ ਅੱਗੇ ਦੀ ਗੱਲ ਕਰ ਲਈਏ, ਜਿਹੜੀ ਮੁਸਤਫਾ ਦੇ ਕਦਮਾਂ ਦੇ ਥੱਲੇ ਜੁੱਤੀ ਸ਼ਰੀਫ ਹੈ ਨਾ, ਮੈਂ ਪਹਿਲਾਂ ਗੱਲ ਕੀਤੀ ਹੈ, ਗੱਲਾਂ ਉਹ ਕਰਨੀਆਂ ਜਿਹੜੀਆਂ ਅੱਗੇ ਨਾ ਸੁਣੀਆਂ ਹੋਣ, ਜਿਹੜੀ ਮੇਰੇ ਨਬੀ ਦੇ ਕਦਮਾਂ ਦੇ ਥੱਲੇ ਜੁੱਤੀ ਸ਼ਰੀਫ ਹੈ। ਪਹਿਲਾਂ ਜੁੱਤੀ ਸੀ, ਸ਼ਰੀਫ ਨਹੀਂ ਸੀ, ਸ਼ਰੀਫ ਨਹੀਂ, ਸ਼ਰੀਫ ਨਹੀਂ, ਪਹਿਲਾਂ ਜੁੱਤੀ ਸੀ ਫਿਰ ਸ਼ਰੀਫ ਬਣੀ। ਮੇਰੇ ਨਬੀ ਦੇ ਕਦਮ ਜਦੋਂ ਚੁੰਮੇ ਨਾ, ਅੱਲਾ
شریف کر دیتا اللہ پاک کر چھڑیا ہن جیڑی میرے نبی دے قدمہ دے تھلے چھتی شریف ہے جن نے میرے نبی دے قدم ہیں جی چھپے ہن میراج دی رات ویکھو میرے نبی دی چھتی اُتے خانہ کعبہ تھلے چھتی شریف اُتے پوری کائنات دی مسجد تھلے بیت المقدس تھلے میرے نبی دی چھتی شریف اُتے توجہ پہلا آسمان تھلے میرے نبی دی چھتی شریف اُتے دوسرا آسمان تھلے میرے نبی دی چھتی شریف اُتے تیسرا آسمان تھلے چھتی شریف اُتے چوتھا آسمان تھلے چھتی شریف اُتے پنجواں آسمان تھلے چھتی شریف اُتے چھواں آسمان تھلے چھتی شریف اُتے ستواں آسمان تھلے چھتی شریف اُتے سدرۃ المنتہا دی پنج بریل ہاتھ جوڑ کے کھلوتا آندا میں اگے جا سکدا نہیں اُتے سدرا تھلے میرے نبی دی چھتی شریف اُتے عرش مولا تھلے میرے نبی دی چھتی شریف اُتے توجہ جیڑی میرے نبی دے قدم چومے اُتے ایڈی اُچی جاندی ہے بھائی کہ جنوں میرا نبی آپ چومے حسین کی جگہ اُچائے گا سدرا جدو پہنچے نا میرے نبی نال ہی جتی شریف بھی نلین شریف بھی نال ہی تے جبریل کون ہے فرشتیاں دا استاد ہے بیت المعمور دا خطیب ہے ہر نبی دا سیاسی ہے ہر نبی کو لون جانا ہے صحیفے لے کے انہاں نال کتاباں لے کے انہاں نال اللہ دے پیغام لے کے ہر نبی کو لون جانا ہے فرشتیاں دا استاد نوریاں دا امام انج ہتھ جوڑے کئی بندے آندے نے جبریل آکھیا جی میں اگے جانا نہیں میں کہ جبریل دی کی اوقات ہے جبریل دی کی جرات ہے میرے نبی کی آکڑے آکھے میں نہیں جانا انج نہیں آ سکدا جبریل جی انج آندا پلے کک نہیں سی رہنا انج ہتھ جوڑے سنے سونیا اے نہیں ماندا میں اگے جانا نہیں میں نہ سونے میری ہت آ گئی ہے اگے جا سکدا ہی نہیں میرے نبی علیہ نہیں بولے جتی شریف آندی ہے یا اللہ مینو زبان دے تیرے نبی کو اجازت لایا کہ جبریل نو اس گل دا جواب میں نہ دیاں میرے نبی دی نلین شریف صدر صاحب میرے نبی دی نلین شریف سرکار آندی سونا اللہ کو اجازت لے کے دیو جبریل آندا میں اگے جا سکدا نہیں میری ہت آ گئی ہے تے سونا اجازت لے کے دیو میں اے جڑا جبریل اینو میں نہ جواب دیاں ایک گل نہ پوچھ لاں اللہ فرمائے جتی شریف بول میرے نبی دے قدم چ میں نہیں ہوں تینوں انہاں دے حق دے چھڈیا بول جتی نے جبریل نو آکھیا میرے نبی دی نلین نے جبریل نو آکھیا جبریل اج پتہ لگا ہی کروں گیا تو جگان مصطفیٰ نو بیت المقدس وچ گیا مصطفیٰ دے نال پہلے آسمان مصطفیٰ دے نال دوسرے آسمان مصطفیٰ دے نال تیسرے آسمان دے مصطفیٰ دے نال چوتھے آسمان دے مصطفیٰ دے نال پنجویں آسمان دے مصطفیٰ دے نال چھویں آسمان دے مصطفیٰ دے نال ستویں آسمان دے مصطفیٰ دے نال جنت دی مصطفیٰ دے نال سدرا تے آ گئے ہیں اج پتہ لگا ہی جیڑا نبی دے برابر اُتے او تے سدرا تے آ گئے ہیں میری حد آ گئی ہے تے جیڑی قدماں دے وچ آ کے مصطفیٰ دا ادب کرے تے مصطفیٰ دی نلین چومے ویکھ برابر ٹرن والے سدرا تے آ کے جنا قدم جمعے اج سدرا تو بھی اُتے جا رہی ہاں اللہ یا رسول اللہ
حضراتِ گرامی توجہ جانا بڑی مہربانی جن میرے سوا دے قدم چومے نیو دے ڈی اونچی جا رہی ہے جنوں میرا نبی چومدا رہیا ہے جنوں میرے نبی نے کدی علم نہ شراب والے سینے اُتے بٹھایا ہے پھر اسی کیوں نہ کہیا گلی گلی کریا کریا نگر نگر بستی بستی بازار بازار اس گل دی عزیز دوہائی دے لے آ تو ہے اینے نور تیرا سب گرانا نور کا تو ہے محبت نال بولو ذرا گونج پے جائے ہاتھ چکے بولو ذرا اے میرے نبی دی آل دی تعریف بیان کرو ایک گل سمن جی یاد کر لو میرے مصطفی کریم دے غلاماں اگر باپ نو راضی کرنا ہوئے او دے پتر نال پیار کر باپ آپ ہی راضی ہو جائے گا اگر پیر نو راضی کرنا ہوئے او دے مرید نال پیار کر پیر آپ ہی راضی ہو جائے گا اگر استاد نو راضی کرنا ہوئے او دے شاگرد نال پیار کر استاد آپ ہی راضی ہو جائے گا موئی ندی پور وچ رہن والے جے استاد نو راضی کرنا ہوئے تے او دے شاگرد نال پیار کرو استاد راضی ہو جائے گا او سن لو جے میرے نبی نو راضی کرنا ہوئے نبی دی آل دی تعریف کریا کرو میرا نبی بھی راضی ہو جائے گا میرا اللہ بھی راضی ہو جائے گا سارے محبت نال بولو تو ہے سب گرانا مینو پتا تسا سارا شعر نہیں پڑھنا کیونکہ تسا کول ایڈا اونچا پڑھیا ہی نہیں جانا نور کا ضرور بولو سارے بولو اپائی مووی والے ذرا کیمرہ گھماؤ ذرا ذرا سارے عاشقاں نے مصطفیٰ دا چہرہ ویچا جائے ذرا سارے محبت نال بولو تو ہے سب جے میں اپنی گل کراں بے شک میری گل نہ سنیا جے میں نبی دے پتراں دی گل پیا کرنا میں نبی دے خاندان دی گل پیا کرنا ایک واری سجا ہاتھ بلند کرو ذرا جڑا نہیں چکدا نال دا پھڑ کے بلند کرو ذرا کسے بھی بندے دا ہاتھ تھلے نہ رہے حضرات گرامی بلند آواز نہ بولو تو ہے سب گرانا نور کا تیری نسل پاک میں ہے بچا اور تیری نسل نسل پاک میں تیری نسل ہاتھ جا کے بولو نظر مزایا جی سارا بولو تیری نسل تو ہے حضرات گرامی توجہ جانا جت مصطفیٰ دے قدم لگ جان اور روح زمین اللہ ساری روح زمین نو پاک کر دیندا اے ایتھے میں اللہ دا قرآن پڑھنا چاہنا وا میرے نبی دی اہل بیت کیڈی کو پاک اے اللہ خلق کے کائنات دا قرآن اے بسم اللہ الرحمن الرحیم انما یرید اللہ انما يريد الله ليذهب عنكم الرجس اهل البيت ويطهركم تطهيرا
हुसैन का जिक्र करना है जे बच्चे निके निके बैठे ने ना दो साल का चार साल का पांच साल का तीन साल का छे महीने का साल का बच्चा दुआ करो जिन्होंने अल्लाह पुत्र नहीं अता फरमाए सदका लजपाल आका हुसैन अली सलाम के शहजादे अली असगर अल्लाह उन्होंने नेक सोने पुत्र अता फरमाए वह गल नहीं भूलनी जेड़ा मोढ़िया उत्ते वे वह गल याद रखनी फिर मजा आएगा जिन्हें बच्चे मेरे छोटे छोटे बैठे ने ना इन्हें जो आखे ना पुत्र इंज नहीं करना जो सिखाइए ना वो देर नाल सीखते ने जिवें कि मिसाल देने आ पखा लगा ना पखा घर भी इंज लगा होवे ना बच्चे छोटे होन ते मां प्यो ने ओए दे नेड़े ना जाई पुत्र दे नेड़े नहीं जाना इहदे चुंगली आ जाएगी तेरा हाथ नुकसान हो जाएगा मां प्यो बच्चे नु कह के चुप नहीं कर जांदा फिर भी बच्चे का ध्यान रखता है किधरे फिर ही ना टुर जाए किधरे फिर ही ना टुर जाए मैं जो गल करनी चाहता सी निके निके बच्चों आखे का पुत्र इंज नहीं करना इंज नहीं करना असं आने बड़ा वा मगर फिर भी ध्यान रखने किधरे कर ही ना लैन किधरे घर ही ना लैन एक घर ना मैं गया दुआ मंगन जिम्मे बिजली के बोर्ड उत्ते ने ना थले लगे सन उन्होंने कपड़ा ला दिता मैं भाई जान एडे सोहना टैल लुआई एडे सोहने पैसों के बटन लुआ के उत्ते कपड़ा ला दिता आंधा गल गल मेरे बच्चे छोटे ने तो एवं चुंगली ना देन मैं उत्ते कपड़ा लुआ दिता नहीं समझ आई बच्चों जो आखी है ना पुत्र इंज नहीं करना बंदा जिन आखा मैं 10 लाख रुपये ले लिया मर जा नहीं घूम रहा उन्हें कहना 10 लाख मैं चूल्हे से पाना जो मैं ही नहीं रहना दे है जो तो मैं ही नहीं रहना तो मैं 10 लाख की करना तैयार नहीं मेरे इमाम नहीं पता करबला एक बार कुर्बान होना है मेरे इमाम नहीं पता आना मुहम्मद कुर्बान होने मेरे इमाम नहीं पता कि मेरी हमशीरा सईदा ज़ैनब की गोद खाली हो जानी है मेरी मां नु नहीं सी पता कि छोटा जिहा 6 महीने का शलादा लिया सगर जी मेरे हाथों में तड़प जाना है मेरी मां नु नहीं सी पता कि इन्हें दिन सब प्यासे रहना है मेरी मां नु पता सी जो मैं कुर्बान हो जाना बाद मेरी भैन मिश्क दे बाजारा में यजीद के दरबार कितने कितने जाना पैना है मेरी मां नु सारा कुछ पता सी फिर भी मेरे इमाम गया क्यों उच्चा फरमाओ ना एक गल याद रखनी है जो बच्चे नु आखिए ओ देर ना सीखता है ते जो करिए ओ जल्दी सीखता है एक बारी सारे फरमाओ जरा कुछ नहीं होन लगा जो बच्चे नु आखिए ओ देर ना सीखता है ते जेड़ा काम बच्चे दे सामने करिए ओ जल्दी सीखता है जिवें कि मैं ते दलील दे तौर ते हदीस शरीफ है हजरत जाबिर रदियल्लाहु तआला ने सरकार दी दावत कीती ते बकरी दा बच्चा ज़िबा कीता दोवें ही बच्चे वेंदे सन पे जो अबे लंबे हो अखा दो आपस सलाह मशवरा किया भाई जो अबे किया भी नहीं करिए एक ने दूजे लुटाया छुरी फेर एक शहीद हो गया दूसरा जो अपने वीर का खून वेख्या दौड़न लगा दूसरा उसे डिगो भी शहीद हो गया वो तो बाद की गल है ना मेरे मुस्तफा करीम सल्लम ने फरमाया जाबिर तेरे बच्चे ना ना आए असा रोटी नहीं खानी हजूर बच्चे वो सुते ने ठालो जो उठते जेते मेरे नबी आवाज मारी मेरे नबी फरमाया जा जाबिर जाके आख तुहानू अल्लाह दा रसूल पे बुलांदा है जाके जदों आवाज दी ना ते बच्चे दोवें ही उठ के मुस्तफा दी बारगाह विच आ जांदे ने मौजू बड़ा तवील है मगर मैं सिर्फ टच दे रहा बंदिया नु समझ आ जाए कि जो बच्चे नु आखिए ओ देर नाल जो करिए ओ बच्चा छेती सिख ले
ਹੁਣ ਮੇਰੇ ਇਮਾਮੇ ਅਲੀ ਮੁਕਾਮ ਨੂੰ ਪਤਾ ਵੀ ਹੈ ਸੀ ਕਰਬਲਾ ਦਾ ਮੈਦਾਨ ਲੰਘਣਾ ਕਰਬਲਾ ਦਾ ਰੇਗਿਸਤਾਨ ਹੈ ਉੱਥੇ ਅਲੀ ਅਕਬਰ ਕੁਰਬਾਨ ਹੋਣਾ ਅਲੀ ਅਸਗਰ ਕੁਰਬਾਨ ਹੋਣਾ ਮਗਰ ਇਹਦੀ ਵਜ੍ਹਾ ਕੀ ਸੀ ਮੇਰੇ ਇਮਾਮ ਨੇ ਆਪਣਾ ਕਦਮ ਪਿੱਛਾ ਨਹੀਂ ਕੀਤਾ ਮੇਰੇ ਇਮਾਮ ਨੇ ਇਸਤਿਕਾਮਤ ਨਹੀਂ ਛੱਡੀ ਮੇਰੇ ਇਮਾਮੇ ਅਲੀ ਮੁਕਾਮ ਵਜ੍ਹਾ ਕੀ ਸੀ ਜਿਸ ਨੇ ਹੱਕ ਹੁਸੈਨ ਬਲੇ ਹੈਦਰੀ ਪੇ ਹੈਦਰੀ ਪੇ ਸਲਾਮ ਉਸ ਹੁਸੈਨ ਇਬਨੇ ਹੈ ਕੋ ਸਲਾਮ ਸ਼ਮਏ ਬਜ਼ਮੇ ਹਦਾਇਤ ਪੇ ਔਰ ਜਿਸ ਕਾ ਨਾਨਾ ਹੁਸੈਨ ਬਲੇ ਹੈ ਕੋ ਸਲਾਮ ਉਸ ਹੁਸੈਨ ਇਬਨੇ ਨਾਨੇ ਦੇ ਦੀਨ ਤੋਂ ਮੱਕਾ ਕੁਰਬਾਨ ਕੀਤਾ ਹੁਣ ਰਾਧੇ ਗ੍ਰਾਮੀ ਤਵੱਜੋ ਜਾਣਾ ਵਾ ਜਦੋਂ ਮੇਰਾ ਇਮਾਮ ਕਰਬਲਾ ਦੇ ਮੈਦਾਨ ਵਿੱਚ ਪਹੁੰਚਿਆ ਅਲੀ ਅਕਬਰ ਕੁਰਬਾਨ ਅਲੀ ਅਸਗਰ ਕੁਰਬਾਨ ਇੰਨੀ ਸਖਾਵਤ ਮੇਰੇ ਇਮਾਮ ਨੇ ਕਿਉਂ ਕੀਤੀ ਹੈ ਮੈਂ ਜਿਹੜੀ ਗੱਲ ਕੀਤੀ ਹੈ ਬੱਚੇ ਨੂੰ ਜੋ ਆਖੀਏ ਉਹ ਫੇਰ ਨਾਲ ਸਿੱਖਦਾ ਜੋ ਬੱਚੇ ਦੇ ਸਾਹਮਣੇ ਕਰੀਏ ਉਹ ਬੱਚਾ ਛੇਤੀ ਸਿੱਖ ਲੈਂਦਾ ਹੁਣ ਮੇਰੇ ਇਮਾਮ ਨੇ ਸਖਾਵਤ ਕਿੱਥੋਂ ਸਿੱਖੀ ਹੈ ਮੇਰੇ ਇਮਾਮ ਨੇ ਸਖਾਵਤ ਸਿੱਖੀ ਹੈ ਮੁਸਤਫਾ ਗਰੀਬ ਨਵਾਜ਼ ਗਰੀਬਾਂ ਦਾ ਕੰਮ ਗੁਸਾਰਾ ਤਾ ਮਦੀਨੇ ਦੇ ਤਾਜਦਾਰ ਆਕਾ ਦੇ ਕੋਲੋਂ ਮੇਰੇ ਇਮਾਮ ਨੇ ਸਖਾਵਤ ਸਿੱਖੀ ਹੈ ਜੇ ਮੇਰੇ ਇਮਾਮ ਨੇ ਸਖਾਵਤ ਸਿੱਖੀ ਹੈ ਤੇ ਅਲੀ ਉਲ ਮੁਰਤਜ਼ਾ ਸ਼ੇਰ ਖੁਦਾ ਕੋਲੋਂ ਸਿੱਖੀ ਹੈ ਜੇ ਉਮਾ ਮੇਰੇ ਇਮਾਮ ਨੇ ਸਖਾਵਤ ਸਿੱਖੀ ਹੈ ਸਯਦਾ ਜ਼ਹਰਾ ਕੋਲੋਂ ਸਿੱਖੀ ਹੈ ਹਜ਼ਰਤੇ ਗ੍ਰਾਮੀ ਤਵੱਜੋ ਜਾਣਾ ਹੁਣ ਸਖਾਵਤ ਅਲੀ ਕਿੰਜ ਦੀ ਕਰਦੇ ਰਹੇ ਹੁਸੈਨ ਕਿੰਜ ਦੀ ਸਖਾਵਤ ਸਿੱਖਦੇ ਰਹੇ ਇੱਕ ਦਿਨ ਐਸਾ ਆਇਆ ਮੇਰੇ ਆਕਾ ਹੁਸੈਨ ਅਲੀ ਸਲਾਮ ਮੇਰੇ ਆਕਾ ਹੁਸੈਨ ਆਪਣੇ ਅੱਬੂ ਅਲੀ ਦੀ ਗੋਦ ਦੇ ਅੰਦਰ ਨੇ ਅਲੀ ਦੀ ਗੋਦ ਦੇ ਅੰਦਰ ਨੇ ਮੇਰੇ ਅਲੀ ਪਿਆਰ ਤੋਂ ਕਰਦੇ ਨੇ ਕਦੀ ਹੁਸੈਨ ਅਲੀ ਸਲਾਮ ਦੀ ਹੈ ਰੁਖਸਾਰ ਕੋ ਚੁੰਮਦੇ ਨੇ ਮੇਰਾ ਅਲੀ ਕਦੀ ਹੁਸੈਨ ਅਲੀ ਸਲਾਮ ਦੇ ਲੱਭ ਕੇ ਚੁੰਮਦੇ ਨੇ ਕਦੀ ਹੁਸੈਨ ਅਲੀ ਸਲਾਮ ਦੇ ਹੱਥ ਪੇ ਚੁੰਮਦੇ ਨੇ ਉਹ ਸੁਣ ਲਓ ਜਦੋਂ ਅਲੀ ਆਪਣੇ ਪੁੱਤਰ ਹੁਸੈਨ ਦੇ ਨਾਲ ਇੰਨਾ ਪਿਆਰ ਪੇ ਕਰਦੇ ਨੇ ਇੱਕ ਮੰਗਣ ਵਾਲਾ ਆਇਆ ਮੰਗਣ ਵਾਲੇ ਆ ਕੇ ਹੱਥ ਜੋੜੇ ਯਾ ਅਲੀ ਮੈਂ ਮੰਗਣ ਆਇਆ ਅਲੀ ਫਰਮਾਇਆ ਮੰਗ ਜੋ ਮੰਗੇਗਾ ਮਿਲ ਜਾਏਗਾ ਆਂਦਾ ਅਲੀ ਜੋ ਵੀ ਮੰਗਾ ਮਿਲੇਗਾ ਮਿਲ ਜਾਏਗਾ ਮੇਰੇ ਇਮਾਮ ਅਲੀ ਫਰਮਾਇਆ ਜੋ ਵੀ ਮੰਗੇਗਾ ਮਿਲ ਜਾਏਗਾ ਮੇਰੇ ਮੂੰਹ ਵਿੱਚੋਂ ਨਿਕਲ ਗਈ ਇਹ ਗੱਲ ਹੁਣ ਜੋ ਵੀ ਮੰਗੇ ਤੈਨੂੰ ਦਿੱਤਾ ਜਾਏਗਾ ਕਿਉਂਕਿ ਅਲੀ ਨੂੰ ਮੁਰਤਜ਼ਾ ਕੋਈ ਤੇਰੇ ਮੇਰੇ ਵਰਗਾ ਨਹੀਂ ਅਲੀ ਆਵੇ ਜਿਹਨੂੰ ਮੇਰੇ ਨਬੀ ਨੇ ਫਰਮਾਇਆ ਅਨਾ ਮੇਰਾ ਨਬੀ ਫਰਮਾਂਦਾ ਅਨਾਦਾਰੁਲ ਹਕਮਤੀ ਵਾਲੀਕੁਮ ਬਾਬੂਹਾ ਕਿਦਰੇ ਮੇਰੇ ਨਬੀ ਫਰਮਾਇਆ ਅੰਦਾ ਅਖੀ ਫੀ ਦੁਨੀਆ ਵਲ ਆਖਿਰਾ ਏ ਅਲੀ
قیامت والے دل بھی محمد امیر ہوئے منگن والے نے ہاتھ جوڑے یا علی جو بھی منگا گا مل جائے گا میرے علی فرمایا منگ تو صحیح اج جو منگے گا تینو ملے گا منگن والے نے ہاتھ جوڑے یا علی ایک واری پھر سوچ لو میں روٹی منگن نہیں آیا میں پیسے منگن نہیں آیا میں رزق منگن نہیں آیا میں جائیداد منگن نہیں آیا میرے علی نے فرمایا اے بول کے صحیح کی منگن آیا میں سوالی نے اب جوڑے آندا یا علی میں حسین منگن آیا مینوں حسین ہی دے دیو علی میں حسین منگن آیا مینوں حسین دے دیو مولا علی دے چہرے تے پریشانی علی اندر گئے سیدہ زہرا پاک دے کول سیدہ زہرا پاک نے علی پاک دا چہرہ ویکھیا چہرے تے پریشانی دے اثرات زہرا پاک نے فرمایا یا علی اج کی گل ہے اج چہرے تے پریشانی ہے علی فرماندے نے اے زہرا ایک منگن والا آیا زہرا پاک نے آخیا اے یا علی اگے اج دے ایک آیا اگے ہزاراں دی تعداد نہ لاؤندے نے کدی چہرے تے پریشانی نہیں آئی مولا علی نے فرمایا اے زہرا اگے منگن والے روٹی منگدے سن اگے منگن والے پیسے منگدے سن اگے منگن والے رزق منگدے سن اگے منگن والے اولاد منگدے سن اج روٹی منگن والا نہیں حسین منگن والا آیا سیدہ زہرا پاک نے فرمایا علی ذرا ٹھہر جاؤ سیدہ زہرا اندر گئی مولا حسن دا بازو پکڑیا مولا حسن دا بازو پکڑ کے سیدہ زہرا پاک نے علی دی بارگاہ وچ پیش کیتا یا علی حسن بھی لے جاؤ حسین بھی لے جاؤ میرے علی نے فرمایا اے زہرا او منگن حسین آیا وے حسن نو کیوں لایا وا او سن میرے نبی دی شہزادی دا جملہ میرے نبی دی شہزادی حسن تے حسین دی ماں زہرا اگے آندیاں نے یا علی اے دوویں لے جاوا علی نے آکھیا او تے اک منگن آیا وے زہرا آندیاں نے یا علی دوویں لے جا حسن زہرا والوں دے چھڈیا جے حسین اپنے والوں دے چھڈیا حسین سخاوت سکھ رہے نے اپنے ابے علی کو سیدہ زہرا آندے نے دوویں لے جاؤ او منگن والا کوئی تیرے میرے وغیرہ فقیر نہیں سی او منگن والا اج دا کوئی مولوی نہیں سی منگن والا کوئی بھکھا نہیں سی منگن والا کوئی یتیم نہیں سی منگن والا کوئی قیدی تے بھکھا تے ننگا نہیں سی اللہ دی مخلوق فرشتہ سی اللہ کول اجازت لے کے آیا سی یا اللہ مینوں جان دے میں ویکھا دے سہی علی کتنی کو سخاوت کرن والا ہے یا ماشاءاللہ مطلب ٹھیک ہے چلو
ਮੈਂ ਨਾ ਮੇਰੇ ਕੋਲ ਟਾਈਮ ਇੱਕ ਦਿਹਾੜੀ ਦਾ ਤੂੰ ਲਿਆ ਨਹੀਂ ਤੇ ਮੈਂ ਹਾਲੇ ਤਾਂ ਵਾਕਿਆ ਤੇ ਮੈਂ ਇੱਕ ਗੱਲ ਨੂੰ ਛੇੜ ਲਵਾਂ ਤੇ ਪੂਰੇ 10 ਦਿਨ ਲੰਘ ਜਾਂਦੇ ਪਤੇ ਨਾ ਲੱਗੇ ਇਹਨਾਂ ਪਾਕਾਂ ਦੀ ਸ਼ਾਨ ਹੀ ਇੰਜਦੀ ਹੈ ਹੁਣ ਮੈਨੂੰ ਨਹੀਂ ਵੀ ਸਮਝ ਆਉਂਦੀ ਮੈਂ ਕਿਹੜੀ ਸੁਣਾਵਾਂ ਤੁਹਾਨੂੰ ਅੱਗੋਂ ਇੱਕ ਵਾਰੀ ਮੁਹੱਬਤ ਨਾਲ ਫਰਮਾਓ ਤੇਰਾ ਸੁਭਾਨ ਅੱਲਾ ਹੁਣ ਹੁਸੈਨ ਅਲੈ ਸਲਾਮ ਸਖਾਵਤ ਸਿੱਖਦੇ ਨੇ ਆਪਣੇ ਆਪਣੇ ਅੱਬੇ ਅਲੀ ਕੋਲੋਂ ਤੇ ਅਲੀ ਦੀ ਸਖਾਵਤ ਕੀ ਹੈ ਇੱਕ ਮੰਗਣ ਆਇਆ ਆਂਦੇ ਨੇ ਦੋਵੇਂ ਹੀ ਲੈ ਜਾ ਉਹ ਮੈਂ ਤੇ ਹੈਰਾਨ ਆ ਉਸ ਮੰਗਣ ਵਾਲੇ ਤੋਂ ਇੱਕ ਮੰਗਣ ਵਾਲਾ ਰੋਟੀ ਮੰਗਣ ਆ ਗਿਆ ਆਂਡਾ ਰੋਟੀ ਦਿਓ ਅਲੀ ਫਰਮਾਇਆ ਕਿਤੇ ਵੇ ਕੰਬਰ ਰੱਖ ਲਾਂਗਾ ਜ਼ਰੂਰ ਊਂਠ ਦੇ ਉੱਤੇ ਊਂਠ ਕਿਤੇ ਵੇ 70 ਊਂਠਾਂ ਦੀ ਕਤਾਰ ਵਿੱਚ ਫਰਮਾਇਆ ਸਾਰੇ ਹੀ ਦੇ ਤੇ ਦੇ ਕੇ ਨਾ ਜਲਦੀ ਜਲਦੀ ਨਕੇਲ ਇੰਜ ਊਂਠਾਂ ਦੀ ਛੱਡ ਦਿੱਤੀ ਸੀ ਛੱਡ ਕੇ ਨਾ ਉਹ ਪਿਛਾਂ ਹੋ ਕੇ ਖਲੋ ਗਿਆ ਅਲੀ ਸ਼ੇਰ ਖੁਦਾ ਫਰਮਾਨ ਲੱਗੇ ਕੰਬਰ ਤੈਨੂੰ ਕੀ ਹੋਇਆ ਊਂਠਾਂ ਦੀ ਕਤਾਰ ਮੈਂ ਆਖਿਆ ਦੇ ਛੱਡ ਤੇ ਇਹ ਨਕੇਲ ਸੁੱਟ ਕੇ ਤੇ ਉਹ ਉੱਪਰ ਟੁਰ ਗਿਆ ਅੱਗੋਂ ਰੋ ਕੇ ਅਰਜ਼ ਕਰਦਾ ਯਾ ਅਲੀ ਤੁਸੀਂ ਐਡੇ ਸਖੀ ਹੋ ਜਿਵੇਂ ਉਹ ਰੋਟੀ ਮੰਗਣ ਆਇਆ ਤੇ 70 ਊਂਠਾਂ ਦੀ ਕਤਾਰ ਹੀ ਪੇ ਦਿੰਦੇ ਹੋ ਤੇ ਜੇ ਤੁਸੀਂ ਇਹ ਪੁੱਛ ਲੈਂਦੇ ਨਾ ਊਂਠਾਂ ਦੀ ਕਤਾਰ ਦੀ ਨਕੇਲ ਹੱਥ ਕਿਹਦੇ 'ਚ ਦੇਖੋ ਮੈਂ ਨਾ ਕੰਬਰ ਦੇ ਹੱਥ 'ਚ ਕਿਤੇ ਮੈਨੂੰ ਵੀ ਨਾਲ ਹੀ ਰੇਡ ਕੱਟ ਦੇ ਮੈਂ ਉਹਦੇ ਕੋਲ ਨਹੀਂ ਜਾਣਾ ਚਾਹੁੰਦਾ ਅਲੀ ਮੈਂ ਤੇਰਾ ਨੌਕਰ ਬਣ ਕੇ ਜ਼ਿੰਦਗੀ ਗੁਜ਼ਾਰਨਾ ਚਾਹੁੰਦਾ ਮੇਰਾ ਅਲੀ ਏਡਾ ਸਖੀ ਹੈ ਫਿਰ ਹੁਣ ਅਲੀ ਦਾ ਨਾਰਾ ਮਾਰਨਾ ਹੁਣ ਕਿਸੇ ਵੀ ਪੰਜੇ ਦਾ ਹੱਥ ਥੱਲੇ ਨਾ ਹੋਵੇ ਕੌਣ ਅਲੀ ਕੌਣ ਅਲੀ ਓਏ ਅਸੀਂ ਸਾਰੇ ਸ਼ੇਰ ਪੜ੍ਹ ਕੇ ਨਾ ਤੇ ਅੱਗੋ ਕੋ 15-20 ਮਿੰਟ 10 ਮਿੰਟ 20 ਮਿੰਟ 25 ਮਿੰਟ ਤੁਹਾਨੂੰ ਫਿਰ ਛੁੱਟੀ ਹੈ ਤੁਹਾਨੂੰ ਬੋਲਣ ਨਾਲੋਂ ਛੁੱਟੀ ਹੈ ਤੇ ਤੁਹਾਨੂੰ ਫਿਰ ਅੱਗੋ ਰੋਣ ਦੀ ਇਜਾਜ਼ਤ ਹੋਣੀ ਠੀਕ ਹੈ ਕਿ ਨਹੀਂ ਕਿਉਂਕਿ ਜ਼ਿਕਰ ਹੀ ਐਸਾ ਬੰਦੇ ਰੋ ਪੈਂਦੇ ਨੇ ਤੇ ਇਹ ਰੋਣਾ ਐਵੇਂ ਨਾ ਸਮਝਿਆ ਜੇ ਇਹਦਾ ਮੁੱਲ ਕਿਆਮਤ ਵਾਲੇ ਦਿਹਾੜੇ ਪੈਣਾ ਤੇਰੀ ਮਾਂ ਤੇਰੇ ਵੱਲੋਂ ਮੂੰਹ ਮੋੜ ਜਾਣਾ ਅੱਬੇ ਤੇਰੇ ਮੂੰਹ ਮੋੜ ਜਾਣਾ ਇਹ ਜਿਹੜਾ ਹੁਸੈਨ ਅਲੈ ਸਲਾਮ ਦੀ ਮੁਹੱਬਤ ਵਿੱਚ ਜਿਹੜੇ ਅੱਖ ਵਿੱਚ ਆਂਸੂ ਨਿਕਲਿਆ ਹੋਣਾ ਨਾ ਕਿਆਮਤ ਵਾਲੇ ਦਿਹਾੜੇ ਤੇਰੀ ਇੰਨੇ ਹੀ ਬਖਸ਼ੇ ਦਾ ਸਮਾਨ ਬਣ ਜਾਣਾ ਹੈ ਲਿਆਦਾ ਉਹਨੇ ਸ਼ੇਰ ਪੜ੍ਹਨਾ ਨਾ ਤੇ ਹੁਣ ਹਰ ਬੰਦੇ ਦਾ ਹੱਥ ਤੇ ਹੋਵੇ ਤੇ ਅਲੀ ਦਾ ਨਾਂ ਹੋਵੇ ਪਤਾ ਲੱਗ ਜਾਏ ਅਲੀ ਦਾ ਜ਼ਿਕਰ ਅੰਜ ਕਰੀਦਾ ਹੈ ਕਿਉਂਕਿ ਮੇਰੇ ਨਬੀ ਦਾ ਫਰਮਾਨ ਹੈ ਮੇਰੇ ਨਬੀ ਦਾ ਫਰਮਾਨ ਹੈ ਅਲੀ ਦਾ ਜ਼ਿਕਰ ਐਨ ਇਬਾਦਤ ਹੈ ਅਲੀ ਦਾ ਚਿਹਰਾ ਵੇਖਣਾ ਇਬਾਦਤ ਹੈ ਅਨਜ਼ਰੁ ਇਲਾ ਵਜਹੀ ਅਲੀ ਜਿਨ ਇਬਾਦਾ ਅਜ਼ਿਕਰੁ ਅਲੀ ਜਿਨ ਇਬਾਦਾ ਅਲੀ ਦਾ ਚਿਹਰਾ ਵੇਖੋ ਤਾਂ ਵੀ ਇਬਾਦਤ ਮੈਂ ਨਾ ਹੋਰ ਬੜੇ ਜ਼ਿਕਰ ਹੋਏ ਨੇ ਅਲੀ ਦਾ ਜ਼ਿਕਰ ਉਹ ਵੇ ਜਿਹੜਾ ਮੇਰੇ ਨਬੀ ਆਪ ਹੱਥ ਬੁਲੰਦ ਕਰਕੇ ਕੀਤਾ ਹੋਇਆ ਹੈ ਸਿਆਬਾ ਵੀ ਆਂਦੇ ਨੇ ਜਦੋਂ ਅਸੀਂ ਦਾੜੀਆਂ ਵਾਲੇ ਕੋ 5-7-8-10 ਬੰਦੇ ਖਲੋਤੇ ਹੋਣੇ ਕਰਨੇ ਨਾ ਅਸਾਂ ਵੇਖਣਾ ਕਰਨਾ ਯਾਰ ਇਹ ਮੁਸਲਮਾਨ ਇੱਕ ਮੁਨਾਫਿਕ ਨੇ ਨਾਰੇ ਹੈਦਰੀ ਉਹ ਜਿਹੜੇ ਇਮਾਨ ਵਾਲੇ ਉਹਨਾਂ ਮੁਸਕੁਰਾ ਪੈਣਾ ਕਰਨਾ ਤੇ ਜਿਹੜੇ ਬੇਈਮਾਨ ਉਹਨਾਂ ਹੈ ਉਹਨਾਂ ਜਿਹੜੇ ਜਾ ਪੈਣਾ ਕਰਨਾ ਤੇ ਜਿਹੜੇ ਇਮਾਨ ਵਾਲੇ ਉਹਨਾਂ ਸੀਨਾ ਚੋੜਾ ਕਰਕੇ ਯਾ ਅਲੀ ਕਹਿਣਾ ਕਰਨਾ ਸਿਆਬਾ ਆਂਦੇ ਨੇ ਸਾਨੂੰ ਪਤਾ ਲੱਗ ਜਾਂਦਾ ਸੀ ਇਹਦੇ ਅੰਦਰ ਮੁਨਾਫਕਤ ਹੈ ਜਿਹੜਾ ਮੁਸਕੁਰਾ ਹਰੇ ਇਹਦੇ ਅੰਦਰ ਇਮਾਨ ਠੱਠਾ ਪਿਆ ਮਾਰਦਾ ਹੈ ਹੁਣ ਸਾਰਿਆਂ ਬੋਲਣਾ ਓਏ ਅਸੀਂ ਸਹਾਰੇ ਹੈ ਦਰੀਆ ਓਏ ਅਸੀਂ ਸਹਾਰੇ ਓਏ ਅਸੀਂ ਸਹਾਰੇ ਹੈ ਦਰੀਆ ਅਸਾਂ ਹੈ ਦਰੀ ਰਹਿਣਾ ਦਮ ਦਮ ਹਰ ਵੇਲੇ ਮਜ਼ਾ ਆ ਗਿਆ ਉੱਚਾ ਬੋਲੋ ਫੇ ਦਮ ਦਮ ਹਰ ਵੇਲੇ ਸਾ ਹੇ ਦਮ ਦਮ ਹਰ ਵੇਲੇ ਅਸਾਂ ਅਲੀ ਅਲੀ ਅਸਾਂ ਅਲੀ ਅਲੀ ਹੱਥ ਚੱਕੇ ਅਸਾਂ ਅਲੀ ਅਲੀ ਅਸਾਂ ਅਲੀ ਅਲੀ ਅਸਾਂ ਅਲੀ ਅਲੀ ਅਸਾਂ ਅਲੀ ਅਲੀ ਕਹਿਣਾ ਏ ਦਮ ਦਮ ਹਰ ਵੇਲੇ ਹੈਦਰੀ 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 ਹੈਦਰੀ
اگلے سال انشاءاللہ تہاڈا زوگ آباد رہے گا انشاءاللہ میں ہوں ذرا شہادت والے پاس آواں ٹائم کینڈا دین جی ہو چلے توجہ حسین علیہ السلام سخاوت سیکھتے رہے اپنے ابے علی کو سخاوت سیکھی مصطفیٰ کو سخاوت سیکھی اپنی اما زہرا کو تے پھر یزیدی آکھن حسین پیسے لیلا حسین سونا لیلا حسین چاندی لیلا حسین ہیرے لیلا حسین گورنر بن جا حسین تینوں حکومت دینے آ ایک گل میری امام کی تھی جڑی مکے چ وی مدینے چ وی کربلا چ وی شہزادے پتر بھتیجے قربان ہون تو پہلا وی تے بعد چوں وی میرے امام فرماندے نے وہ تھوکتے نہیں تختے سکندری پہ بستر لگا ہوا ہے جن کا محمد کی گلی میں میرے امام علی مقام امام حسین علیہ السلام نے فرمایا او دنیا دے کتے کینو لالچ دینا وے میں علی سخی دا پتر حسین سخی ہاں میرے امام علی مقام نے فرمایا او تینوں کی پتہ ہووے ساڈیاں رگاں دے اندر کنا دا خون ہے میری رگاں دے اندر میرے بابے علی دا خون ہے میری رگاں دے اندر میرے نانے مصطفیٰ دا خون ہے میرے امام نے فرمایا جے کر یار دے نادہ ملے میں نا چولی پا لیے تھلے سٹیے نا جے کر یار دے نادی ملے سولی چونٹا لی لیے پیشہ ہٹیے نا میرے امام نے فرمایا ہر شے لٹا دیا گا اپنے نانے دے دین دی خاطر اسلام دی خاطر ہر شے قربان کر دیا گا اے سارا کچھ قربان کرن دی وجہ کی ہے میرے امام نے فرمایا کوئی شرط ہے نانے دا دین رہ جائے او دی آن رہ جائے او دی شان رہ جائے لٹی جائے پاوے جو پاج حسین دی پر نانے دا زندہ اسلام رہ جائے او دنیا والے ہو میرے امام دے ست محرم نو پانی بند ہویا میرے امام نے فرمایا کوئی پرواہ نہیں پانی دی کوئی پرواہ نہیں پانی بند کرنا ہے دے کر دے ہو جدو آٹھ محرم دا دن گزریا وے نو محرم دا دن گزر گیا رات گزر گئی جدو دس محرم دی صبح ہوئی ہے میرے امام نے فرمایا اے میرے شہزادہ علی اکبر جی ابا جی حکم ہوئے میرے امام نے فرمایا آج آخری واری ذرا مٹھی مٹھی تے سونی سونی آواز نال آج آزان تے سنانا میرے امام دا شہزادہ جدا نا علی اکبر ہے کربلا دے رہی دے رہی دے ٹیلے ہوتے کھڑے آئے ہوگے میرے امام علی اکبر نے آزان پڑھی ہے میرے امام نے اذان پڑھی ہے میرے امام حسین علیہ السلام نے جماعت کروائی ہے میرے امام جماعت کروا کے مصلے دے اوتے ہی بیٹھ گئے نے میرے امام نے آواز دیتی اے میرے شہزادہ علی اکبر جی ابا حکم ہوئے فرمایا جاؤ جا کے کربلا دا میدان ویکھ کے آونا جاؤ جا کے کربلا دا نقشہ ویکھ کے آونا میرے امام علی اکبر گئے نے جا کے زندگی نے ایک برکہ پوش خاتون اپنی چادر دے نال میدان نو صاف پئی کر دی ہے اوتھوں روڑ چکدی ہے پئی اوتھوں کنکریاں اٹھاندی پئی ہے اوئی اولاد والے آو جدو پتر نو کنڈا چپے ماں نو تکلیف برداشت نہیں ہوندی جدو پتر نو سٹ وجے تکلیف ماں دے سینے وچ ہوندی ہے میرے امام علی اکبر نے میرے امام علی اکبر نے آواز دیتی ہے اے بی بی کون جواب نہیں آیا میرے امام علی اکبر نے دوسری واری آواز دیتی ہے بی بی کون جواب نہیں آیا میرے امام علی اکبر نے تیسری واری آواز دیتی ہے اے بی بی کون جواب نہیں آیا میرے امام علی اکبر واپس آئے نے میرے امام مصلے دے اوتے بیٹھے نے میرے امام نے فرمایا اے میرے شہزادے کربلا دا میدان ویکھے او عرض کیتی ابو جی ایک عجیب و غریب واقعہ ویکھیا اے میرے امام نے فرمایا کی ویکھیا اے عرض کیتی ابو جی جدو میں گیا ہاں ایک برکہ پوش خاتون اپنے برکے دے نال
अपनी चादर दे नाल करबला दे मैदान साफ करदी सी। ए मेरे अबू जी मैं ओनू आवाज मारी सी, ए बीबी कौन, ओने जवाब नहीं दिता। ए मेरे अबू मैं दूसरी वारी ओनू आवाज दिती है, ए बीबी कौन, जवाब नहीं आया। ए मेरे अबू मैं तीसरी वारी आवाज दिती है, अगो बीबी नहीं बोली। मेरे इमाम ने अपने जवान अली अकबर नू सीने दे नाल ला के मेरे इमाम ने फरमाया, ए मेरे शहजादे तेनू की पता है कौन है। शहजादा अली अकबर ने हाथ जोड़े, ए मेरे अबू तुसी रे क्यों हो। मेरे इमाम ने फरमाया, ए मेरे शहजादे ओ कोई आम बीबी नहीं, ओ मेरी माँ सय्यदा फातिमा ज़हरा सी, मेरी माँ सी, मेरी माँ पता सी ते मेरिया पुत्रा ने लेडिया में, मेरी माँ पता सी ते मेरिया भतीजिया ने लेडना में, मेरी माँ पता सी ते मेरिया भांजिया ने लेडना में, मेरी अम्मी ज़हरा आई सी। मेरे इमाम ने शहजादे नू ला के फरमाया, ए शहजादे ओ सय्यदा ज़हरा पाक आई सी करबला नू साफ पई करदी सी, ओनू पता सी इत्थे मेरे पुत्र हुसैन ने आउणा वे। ए करबला दा मैदान होवे जिथे छोटे जे शहजादे अली असगर दी लाश तड़प जानी है। ए करबला दा मैदान होवे जिथे मेरी बेटी ज़ैनब दी गोद खाली हो जानी है। मेरी माँ फरमांदे ने मेरी अम्मी नू पता सी इत्थे हुसैन नी हुसैन दे पुत्रां दी जवानी लुटी जानी है। दुनिया वाले हो जदों 10 मुहर्रम दी सुबह चढ़ी है, किधरे उन्हों मुहम्मद कुर्बान हो रहे ने, किधरे कासम दी जवानी लुटी जा रही है। मेरे इमामे अली मुकाम दा इक शहजादा वीर है जिदा नां गाजी अब्बास है, हाथ जोड़े आका हुसैन दी बारगाह विच अर्ज कीती, आका हुण मैनू भी इजाजत दिओ ना, हुण मैं भी जावां। मेरे इमाम फरमांदे ने ना गाजी अब्बास तेनू इजाजत नहीं देनी, तू हुसैन दा वफादार है, हुसैन नाल नबाईया एदा मुल कयामत आले दिन पवेगा। ए अब्बास तेनू मैं किवें इजाजत दियां, जदों गाजी अब्बास मेरे इमाम नाल गल्लां पे करदे ने, उधरों छोटी जिही शहजादी जिदा नां सय्यदा सकीना है हाथ जोड़ के अपने चाचू की कमीज का पल्लू पकड़ के हाथ जोड़े ने अर्ज की, चाचू अब्बास वेखो ना मेरा नाम सकीना है। मेरे गाजी फरमांदे ने सकीना बोल की कहना चाहनी है, हजरत सय्यदा सकीना ने आखिया है मेरे चाचू अब्बास जरा मेहरबानी करो ना पानी देख लिया देना। गाजी अब्बास दे सामने जदों हजरत सय्यदा शहजादी सकीना ने आखिया है, मेरे गाजी अब्बास कहिंदे ने सकीना तेरा चाचू ते चलिया ही, मगर एक गल याद रख मेरे भेजे हत्था वल वेख लै नी सकीना मेरे नाल वादा करना। शहजादी आंदी है ए मेरे चाचू कदा वादा कराने हो, मेरे गाजी अब्बास नी अखा भी जांदू जारी हो गए नाले रोन लग पे ने। मेरी ईमान दी शहजादी सकीना आंदी है, ए मेरे चाचू रोन दी वजह की है। गाजी अब्बास ने आखिया ए मेरी शहजादी सकीना मैं पानी लैन चलिया वा, एक वादा कर जे पानी लिया के ना आ सकिया अब्बास नू माफ कर देवी, अब्बास नू माफ कर देवी। शहजादी है जे तू माफ ना की
नहीं देनी नहीं सकीना जदा माफी ना दीती नाने मुस्तफा ने माफी नहीं देनी नहीं सकीना मैनू माफ कर देवी राजी चलता चलता मेरे इमाम हुसैन दी बारगाह विच हाथ जोड़ के अर्ज की दी ए मेरे आका अब्बास आया वे और कुछ नहीं मंगदा आका मैनू इजाजत दियो ना मेरे इमाम ने अब्बास नु सीने नाल लाया मेरे इमाम ने फरमाया दुनिया उते बड़े बड़े वीर आउणगे मगर तेनू ते मैनू दुनिया याद रखेगी ए अब्बास मेरे सीने लग जा आखरी वारी हुसैन इक गल करन लगाई हुसैन दी गल मन लवी गाजी अब्बास दी चीख निकल गई आखिया तक तुसी इमाम मैं तुहाडा गुलाम आका तुसी आका मैं तुहाडा नौकर किंज दियां गल्लां वे करदे मेरे इमाम ने फरमाया ए अब्बास इक गल जे कदी पूरी कर दवे ना मेरे गाजी ने अर्ज कीती ए मेरे आका तुसी फरमाओ ना की कहना चाहंदे हो मेरे इमाम ने फरमाया पास चांदी चांदी वारी एक बारी मैनू अपना वीर ते कह के बुलाना एक बारी मैनू अपना वीर ते कहना गाजी दी चीख निकल गई हाथ जोड़ के अर्ज की दिए मेरे आका सारी जिंदगी दी मेहनत सारा सारी जिंदगी दी गुलामी सारी जिंदगी दी जमा पूंजी मैं हुन कुर्बान नहीं कर सकता आका मैं जाया नहीं कर सकता आका करबला दे मैदान च चले आवां तेरी को तेरा गुलाम बन के चले आवां आका जदों मैं करबला दे मैदान च सड़पदा होवांगा आका उदों भी तेरा गुलाम ही होवांगा आका जदों मैं जन्नत दे विच जांदा होणा वे आका तेरा वीर है तेरे नौकरां विच जाना है मेरे इमाम आले मुकाम ने अपने वीर अब्बास नु सीने नाल ला के मेरे इमाम ने फरमाया ऐ अब्बास तेनू हुसैन इजाजत पिया देंदा ई अज नाने दा दीन एडा प्यारा है इक अब्बास अगर हजारा भी आन मैं नाने दे दीन तो लुटा देआं मेरा गाजी जुल्मगारे हैदरी हाथ विच पकड़ी है मेरा गाजी चलदा चलदा जदों करबला दे मैदान दे अंदर जेड़ा कूफी आंदा है मेरा गाजी सात तनलों जुदा कर रहा है जेड़ा भी आ रहा है ये किसी शेर की आमद है के रन कांप रहा है ओ लोगो अली का घर भी क्या घर है के जिस घर का हर एक बच्चा जिसे देखो वही शेरे खुदा मालूम होता है मेरा गाजी सर कानों जुदा करदे मेरा इमाम नहरे फरात के किनारे पे पहुंच आए मेरे इमाम अब्बास ने मशकी दा पानी दा भरिया है मशकी दा पानी दा भर के मेरे इमाम ने सजे बाजू ते पाया है मेरे इमाम ने इंज खैमिया वल मुंह कीता सकीना जरा ठहर जावी तेरा चाची अब्बास आ रहा है गाजी अब्बास आंदे ने सकीना जरा ठहर जावी तेरा चाचू आ रहा है तकदीर आंदी है अब्बास नहीं नहीं सकीना ने प्यासा ही रहना है तकदीर आंदी है अब्बास नहीं नहीं
हुसैन दा छे महीने दा शहजादे ने प्यासा एटिया मार दिया रहना है ए पास नहीं नहीं ए पानी खामिया विच नहीं ए पानी नू करबला दे मैदान ने पी लेना है मेरे गाजी ने इशारा किया मेरे इमाम जदों गाजी अब्बास जदों मशकीला पाग सवारी उते पै के जदों खामिया वल टुरे ने इब्ने ज़ियाद दी आवाज आई ओ यजीदियो ओ वेखो अब्बास पानी लैके खैमिया वल पिया जांदा जे हुसैन दा वीर अब्बास ते पहुंच गया ते हले पीछे जवान अली अकबर भी है जे अब्बास पानी लैके टुर गया हले मगर हुसैन अली दा पुत्र भी मौजूद है ओ पानी लैके खैमिया विच ना जावे बेईमाना ने तीर मारे ने मेरे गाजी दे सज्जे बाजू उत्ते आके इक तीर वजिया है मेरे गाजी दा बाजू कट गया मेरे गाजी ने ओ मशकीजा उठा के अपने दूसरे बाजू उत्ते पाया है बेईमाना ने तीर मारिया मेरे गाजी दा आके जेड़ा तीर सिद्धा आके मेरे गाजी दे बाजू ते लग्या है ओ दुनिया वाले ओ जदों गाजी दा दूसरा बाजू भी कटिया गया वे सजदा सकीना दा मेरे गाजी अब्बास ने अंजमो खैमिया वल करके मेरे गाजी आंदे ने नी सकीना इधर वेख अपने चाचू दा हाल वे मां तेरे चाचू नल की सलूक पे कर दे ले मेरे गाजी दी जद दूसरी बाजू ही बाजू कट कर दिया है मेरे इमाम अब्बास ने मशकीला अपने दंदा मुबारक विच फड़ लिया है मेरे इमाम दे हुसैन दे छे महीने दा अली असगर पानी पी लवे सकीना पानी पी लवे जदों बेईमाना ने तीर मारे ने मेरे गाजी दी आके मशकीजे से तीर बजिया मशकीजे दा पानी जमीन उते गिर गया तो तीर आके मेरे गाजी दे दंदां दे उते लगिया मेरे इमाम अब्बास दे दंदां दे उते आके तीर लगिया है सकीना अब्बास नू माफ कर दवी नी सकीना अब्बास माफी दे दवी नी सकीना तू दे आंदी चाचू पानी लैके आ जाओ मगर तकदीर आंदी सी अब्बास तू इत्थे रहना है जदों मेरे गाजी दे जिस्म उत्ते तीर पे लगदे ने कोई तीर इधरों आ रिहा कोई तीर इधरों आ रिहा मेरे गाजी दे जिस्म उत्ते तीर पे लगदे ने ओ दुनिया वाले ओ केड़े सीने उत्ते तीर पे लगदे ने जेड़ा सीना थोड़ी देर पहला मेरे हुसैन दे सीने नाल लग के आया है ओ दुनिया वाले ओ अगर होर सारी जिंदगी गुजार के आखरी बारी मेरे इमाम को माफी मंगे मेरे इमाम दे सीने दे नाल लग जावे मेरा अल्लाह होर पाक कर देंदा है
اے عباس ہوے جڑا میرے آقا حسین دا ویر علی شیر خدا دا پتر ہے میرے امام عباس دے جسم وچ جان پی تڑپدی ہے میرے امام علی مقام امام حسین خیمیاں وچوں جلدی جلدی آئے نے میرے امام نے آ کے اپنے پتر راجا اپنے ویر عباس دا اک بازو پکڑ کے اپنی جولی وچ رکھیا میرے امام نے اپنے ویر عباس دا دوسرا بازو پکڑ کے اپنی گود وچ رکھیا میرا امام عباس دے ہتھاں نوں چمدا اے میرا امام حسین اپنے ویر عباس دے ہتھاں نوں چمدا اے پیا آقا فجا کی میرے امام آندے نے میرا ویر اے میرا ویر عباس اے انہاں ہتھاں نوں پیا چمنا وا جڑے ہتھاں نوں میرا بابا علی چمدا رہیا اے اے ہاتھ ہوئی نے ہنے تھوڑی دیر پہلا میرے اگے جوڑ کے کھلوتا سی اے غازی ہاتھ تیرے کتھر گئے نے میرے امام نے غازی عباس نو اپنی گود وچ رکھیا پیار کیتا غازی میرے امام نے اپنے ویر نال پیار کردیاں کردیاں میرے امام نے پھر وہی گل کیتی ہے میرے امام نے فرمایا اے عباس ہن تنا نے مصطفیٰ کول جا رہے ہیں جاندی جاندی واری ایک واری ویر کہہ جانا اے عباس ایک واری ویر کہہ دینا نہیں تے ساری زندگی میرے دل وچ یہ گل ہی رہنی ہے حسین دے پیر عباس نے پیر نہیں سی آکھیا میرے غازی نے اکھاں ہی اکھاں دے نال میرے امام اگے معذرت کردیا ہویا انا للہ و انا الیہ راجعون میرے امام نے غازی عباس نو جدو کپڑے وچ پا کے میرے امام نے اٹھایا اپنے کندھیاں اُتے رکھیا او دنیا والے ہو میں ایسے سے ایسے ویر ویکھے نے جدو ویر دے جسم وچوں خون نکلدا ہووے ویراں دے دل گھبرا جاندے نے ویر ڈر جاندے نے ساڈے ویر دے جسم وچوں خون نکل آیا ہے او دنیا والے ہو میرے حسین نال ویکھیا جے میرے حسین عباس نو اپنے کندھیاں تے رکھ کے فرمایا لے عباس اج حسین دے کندھیاں تے وی سواری کر لے میرے امام عباس نو لے کے جدو خیمیاں ول گئے نے سیدہ سکینہ دیا چیخاں نکل گئیاں نے حضرت زہر بانو کدی جا کے سیدہ زینب اپنی پپھو یمی دے کول جا کے آندیاں نے پپھو ویکھو نا میرے چاچو دے بےمانہ نے کی حال کیتا اے سیدہ زینب نے سکینہ نو سینے نال لا کے آکھیا کی سکینہ تینوں آکھیا سی عباس نو نا گلی سکینہ تینوں آکھیا سی عباس نو نا ٹوری سکینہ نے ہاتھ جوڑے عرض کیتی پپھو امی میں کی کردی میں علی اصغر دی بہن علی اصغر سکینہ دا ویر او جنہاں نو اللہ نے بیٹیاں دتیاں نے جنہاں نو اللہ نے گل کر لگے جنا ویرا پیدا کر دیا کوئی نہیں کردا
جام شہادت نوش کر کے جدوں خیمے دے اندر آئے سیدہ سکینہ اپنی پپھو زینب نو آکھن لگیاں پپھو میں نہیں سی آکھیا میں کدی بھی نہ کہندی میں جدوں اپنے ویر علی اصغر الوندی سا نا پپھو میرے دل نو کوئی جوندا سی پپھو میں آ بھی پیا سی مگر اپنی پیاس نہیں مینوں میرا ویر چھوٹا جیا چھ مہینے دا ویر پپو جدو زبان کٹ کٹ کے وکھاندا سی نا نہیں سی برداشت ہوندا میرے امام دی ہمشیرہ زینب نے فرمایا نزگی نا دنیا آخری باری اپنے چاچا نال پیار کر سکینہ یادیا نے جدو میں اپنے چاچو دے قریب آئی میں اپنے چاچو دے جدو قریب آئی میری چیخ نکل گئی سکینہ دی چیخ نہیں بلکہ فرشتے بھی رون لگ پے خدا دا عرش بھی کمیا زمین بھی کم گئی ہے سکینہ نے جدو اینی گل کی دیئے اے میرے چاچو وہ تیرے ہاتھ کتے گئے جڑے جوڑ کے معافی منگنا سا پیا اے چاچو مقام امام حسین نے سکینہ نو سینے نال لا کے فرمایا بیٹی بس نہ رو ہلے تسا بڑا رونا ہے ہلے تیرے ویر علی اکبر جانا ہے تے تو رونا ہے انہیں اب شہزادہ علی اصغر نے جانا ہے تے تو رونا ہے شہزادی بس نہ رو انہیں تیرے ابا تھوڑی دیر تو بعد جانا ہے تے تو رونا ہے سارے کوفے دے بازاراں وچ تسا روندے آ جانا ہے دمشق دے بازاراں وچ تسا روندے آ جانا ہے میری ماں فرمایا بیٹی چپ 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 اولاد والوں دے آخری جملہ آخری گل کرن لگا ماں میرے امام نے سکینہ نے ایک جملہ بولیا میرے امام فرماندے نے میری شہزادی نارو جدو بیٹیاں روندیاں نے باپ دا کلیجا پھٹ جاندا ہے اپنی بیٹی دے قدماں وچ رکھ دے میری بیٹی نارو میری بیٹی نارو بیٹیاں والے جنہاں نوں اللہ بیٹیاں دتیاں نے پریشان نہ ہویا کرو جدو تیوں فوت ہو جانا میں جدو تیریاں اکھاں بند ہو جانیاں نے تیرے پتراں نے زمین دا وارث بننا ہے اوے بیٹیاں یوں نے جنہ منجی دا وارث بننا ہے اے اپنی بیٹیاں نو سینے نال لا کے بیٹیاں نال پیار کریا کرو بیٹیاں نو جھڑکیاں نہ دیا کرو اللہ دی قسم ہے جدوں وی رات نو جنے اولاد والے بیٹھے ہو ٹوٹ کے سارا دن محنت مزدوری کر کے جنی دیر تک ابو گھر وچ نہ چلا جاوے بیٹیاں بستر اتے نہیں لیٹ دیاں بیٹیاں ساری ساری رات ابو دے راویں دیاں نے میرا ابو کدوں آئے گا اوے اولاد والے ہو کدی میری گل ازما لیا جائے جدو یہ پورا دلو تھکیا ٹوٹیا جدو گھر وچ جاندا وے کدی وی پتراں دروازے نہیں کھولے
कदी भी पुत्रा पानी नहीं पूछया, कदी भी पुत्रा खाना नहीं पूछया। ये दरवाजा खोल दिया ने ते पेटियां खोल दिया ने, ये पानी पेश कर दिया ने ते पेटियां पेश कर दिया ने, ये खाना देनिया ने ते पेटियां देनिया ने। औलाद वालो बेटिया नू सीने नाल लाग प्यार करया करो, बेटिया नू चिड़की ना दिया करो। मेरे इमाम दी छे सत साल दी शहजादी सकीना कदी खैमिया विच सजे पई जानी है, कदी खब्बे पई जानी है, नाले रो रही है। मेरे इमाम ने शहजादी नू बस कर दे, हुन के तेरा अबू तेनु दिलासे पिया देंदा है। मेरे इमाम ने नाल खलोती अपनी अमशीरा सैनब ते अपनी बीवी शहर मानो नू आखिया, मेरी एक गल याद रखिया है हुसैन दी वसीयत है, आका की वसीयत है। मेरे इमाम ने फरमाया साज ना होंदे आए, मेरी बेटी अबू अबू कह के आवाजा देवेगी, मेरी बेटी मैनू लभेगी जदों मैं नजरी ना आवांगा। मेरी बेटी नू सीने नाल ला के प्यार करे आए। ए लोगो ए दास्तान बड़ी तवील है मगर हौसला नहीं रखता। गल हुई है तमन्ना है कि इस दुनिया में कोई काम कर जाए, अगर कुछ हो सके तो खिदमत इस्लाम कर जाए। ओ लोगो सीखी उते मक्खन पकाना एदा डाडा औखा कम है, बच्चे देके वीर देके अली अकबर देके कासम देके अली असगर देके ओए बच्चे देके बचड़े देके दीन वसाना एता सगी हुसैन दा कम है। हर शह लुटा दी, हर शह कुर्बान कर दी, मगर मेरे इमाम की जुबान उते इको ही जुमला, हर शह टूट जाए नाने दा दीन ना जाए, नाने दा इस्लाम ना जाए। अज मस्जिद आबाद है, एदियां बुनियादां दे अंदर मेरे हुसैन अली सलाम दा खून है। अज तेरे मेरे अंदर जज्बा जिहाद है, मेरे हुसैन अली सलाम दे खून दा सदका है। अगर तेरे मेरे अंदर दौलत ईमान है, मेरे हुसैन अली सलाम दे खून दा सदका। हुण मैं आखर ते एक शेर पढ़ना है ते जरा तरो दीवार गवाह हो जान। एक क़यामत वाले दिन मस्जिद बोल के अल्लाह दी बारगाह विच गवाही दवे, मौला इन्हां नूं माफी दे दे। ए ते पिछली पिछली रात तक बह के तेरे नबी दे पुत्रां दा जिक्र करदे रहे ने, उन्हें सारे जरा गूंज पैनी चाहिदी है। सारा कुछ कुर्बान कीता मेरे हुसैन ने, हर शह लुटा दित्ती मेरे हुसैन ने। पुत्रां दी परवाह नहीं कीती, भतीजियां दी परवाह नहीं कीती, वीरां दी परवाह नहीं कीती, सारा कुछ लुटाया उहदी वजह की है। इस्लाम नू रंग लाया, इस्लाम दे पीरां ने मुहब्बत ने फरमाओ जरा सुभान अल्लाह। मेरा पीर बाबा फरीद।
اسلام آندا اے میرا پیر حسین اسلام آندا میرا پیر حسین اس واسطے سارے بولو اسلام نو رنگ لایا اسلام تے پیراں نے ہاتھ چک کے بولنا ذرا سارے آخری باری بس ہاتھ اٹھا دے گل ختم ہے سارے اسلام نو رنگ لایا اسلام تے پیراں نے او دین وسا چھڈیا او دین وسا چھڈیا دین وسا چھڈے وسا چھڈے ہاں اے دین وسا چھڈے زندگی رہی تے پھر صحیح اللہ تواڈے میرے سب دی حاضری قبول فرمائے ڈیڑھ گھنٹہ ہو چلا میں تے پتہ نہیں لگا اللہ تواڈے میرے سب دی حاضری قبول فرمائے ایک اعلان سن لو